ਤੇ ਕਰਮਜੀਤ ਅਨਮੋਲ ਨਾਲ ਗੱਲ ਹੋ ਸਕਦੀ ਹੈ ਜੀ? ਭਾਜੀ ਹਜੇ ਮੀਟਿੰਗ 'ਚ ਨੇ ਜੀ, ਦੱਸੋ ਹੁਕਮ। ਮੀਟਿੰਗ ਕਾਹਦੀ ਕਰਨੀ ਹੈ ਸਰ? ਕੁੰਡੀ ਤਾਂ ਹੋ ਗਈ, ਉਹਨਾਂ ਨੇ ਮੀਟਿੰਗ ਕਾਹਦੀ ਕਰਨੀ ਹੈ ਮੀਟਿੰਗ ਦਾ? ਬੰਦੇ ਪਤਾ ਕੀ ਸਰ, ਮੇਰੀ ਇੱਕ ਗੱਲ ਸੁਣ, ਮੂਹਰੇ ਸਿੱਖ ਕੌਮ ਦਾ ਪੁੱਤ ਸੀਗਾ, ਠੀਕ ਆ, ਇਹ ਤਾਂ ਭਗਵੰਤ ਮਾਨ ਦੇ ਚੱਕੇ ਚਕਾਏ ਤੋਂ ਖੜ ਗਿਆ, ਠੀਕ ਆ ਨਾ। ਸਿੱਖ ਕੌਮ ਕਾਹਦੀ ਮੀਟਿੰਗ ਆ? ਮੀਟਿੰਗ ਦਾ ਤਾਂ ਕਰਨ ਵੀ ਜੇ ਕੁਝ ਲੈ ਕੇ ਗਏ ਹੁਣ ਉਹਨਾਂ ਸਰ ਬਾਈ ਬਣ ਕੇ ਨਾ, ਅਸੀਂ ਬਾਘੇ ਪੁਰਾਣੇ ਹਲਕੇ ਤੋਂ ਕੋਟਲਾ ਰਹਿ ਕੇ ਪਿੰਡ ਆ ਮੇਰਾ, ਗੋਪੀ ਮੇਰਾ ਨਾਂ, ਬਾਈ ਬਣ ਕੇ ਗੱਲ ਕਰਾਏਗਾ ਮੇਰੀ, ਮੈਂ ਉਹਦੀ ਮਾਸੀ ਦਾ ਮੁੰਡਾ ਹੀ ਬੋਲਦਾ। ਹਾਂ ਹਾਂ ਬਾਈ ਬਣ ਕੇ ਕਰਾਈ, ਵੀ ਬਾਈ ਬਣ ਕੇ ਨਾ ਵੀ ਗਾਂਹ ਨੂੰ ਜ਼ਿੰਦਗੀ ਚ ਕਿਸੇ ਦੇ ਚੱਕੇ ਚਕਾਏ ਤੇ ਪੰਗਾ ਨਾ ਲਵੇ, ਇਹੋ ਜਿਹਾ ਜਿਹੜੇ ਅੱਜ ਲੈ ਲਿਆ ਉਹਨੇ। ਹਾਂ ਮਾਸੀ ਦੇ ਬੇਟੇ, ਉਹਨੂੰ ਕਹਿ ਗੋਪੀ ਕੋਟਲੇ ਵਾਲਾ ਬੋਲਦਾ, ਮੈਂ ਉਹਦੀ ਫੋਟੋ ਘੱਲ ਦੇਣਾ ਤੈਨੂੰ ਆਖੇ ਤਾਂ, ਇਸੇ ਨੰਬਰ ਤੇ ਕੱਲਾ ਪਤਾ ਕਿ ਬੰਦ ਕਰੀ ਬੈਠੇ ਬਈ ਯਾਰ, ਲੋਕ ਲਹੂ ਬਹੁਤ ਪੀਂਦੇ ਉਹਨਾਂ ਦਾ। ਹਾਂ ਉਹਨੂੰ ਮੈਂ ਉਹਨੂੰ ਕਿਹਾ ਵੀ ਸੀ, ਉਹਨੂੰ ਕਹਿ ਗੋਪੀ ਦਾ ਪਹਿਲਾਂ ਫੋਨ ਆਇਆ ਸੀ ਤੈਨੂੰ ਪੁੱਛ ਲਈ, ਮੈਂ ਉਹਨੂੰ ਕਿਹਾ ਸੀ ਵੀ ਬਾਈ ਬਣ ਕੇ ਨਾ ਵੀ ਤੈਨੂੰ ਭਗਵੰਤ ਮਾਨ ਨੇ ਆਪ ਤਾਂ ਮਰਨਾ ਮਰਨਾ ਤੈਨੂੰ ਵੀ ਮਰਾਊਗਾ, ਵੀ ਪਤਾ ਕੀ ਆ ਮੈਂ ਝਾੜੂ ਨੂੰ ਖੁਦ ਵੋਟ ਪਾਈ ਆ ਬਈ 2022 'ਚ, ਤੇ ਮੈਂ ਪੱਕਾ ਕਾਂਗਰਸੀ ਸਾਰੀ ਉਮਰ ਦਾ, ਮੈਂ 2022 'ਚ ਪਾਈ ਸੀ, ਮੈਂ ਕਿਹਾ ਵੀ ਬੇਬ ਸੀ ਪਾਰਟੀਆਂ ਤੋਂ ਅੱਕੇ ਵੀ ਆ ਲੋਕ, ਤੇ ਇਹਨੇ ਝਾੜੂ ਨੇ ਵੀ ਚਗਲ ਪੁਣਾ ਕੀਤਾ, ਮੈਂ ਕਿਹਾ ਵੀ ਲੋਕ ਥੋਥੋਂ ਵੀ ਅੱਕ ਗਏ ਵੀ ਹੁਣ ਕੋਈ ਹੱਲ ਨਹੀਂ ਵੀ ਬਾਈ ਬਣ ਕੇ ਨਾ ਖੜ ਨਾ ਖੜ। ਤੇ ਸਿੱਖ ਕੌਮ ਬਾਈ ਯਾਰ, ਜਿਹਨੇ ਆਪਣੀ ਤੂੰ ਵੀ ਸਿੱਖ ਹੋਏਗਾ, ਸਿੱਖਾਂ ਦਾ ਮੁੰਡਾ ਹੋਏਗਾ, ਸੁਣੀ ਚੱਲੀ ਬਾਈ, ਇੰਦਰਾ ਗਾਂਧੀ ਨੇ ਆਪਣੇ ਦਰਬਾਰ ਸਾਹਿਬ ਤੇ ਅਟੈਕ ਕਰਾਇਆ, ਉਹਦਾ ਮੁੰਡਾ ਖੜਾ ਹੋਵੇ ਇੱਕ ਪਾਸੇ, ਉਹ ਖੜਾ ਹੋਵੇ ਜਿਹਨੇ ਨੇ ਸਲਵਾਰਾਂ ਪਾਈਆਂ ਹੋਣ, ਯਾਰ ਕਿਵੇਂ ਲੋਕ ਜਿਤਾ ਦੇਣਗੇ? ਇੰਨੀ ਕੌਮ ਥੋੜੇ ਮਰੀ ਆ ਜਿੰਨੀ ਉਹ ਸਮਝਦਾ ਸੀ। ਬਾਈ ਬਣ ਕੇ ਗੱਲ ਕਰਾਈ ਵੀ ਕੋਟਲੇ ਰਹਿ ਕੇ ਤੋਂ, ਵਾਘਾ ਪੁਰਾਣਾ ਹਲਕੇ ਤੋਂ ਕੋਟਲੇ ਰਹਿ ਕੇ ਤੋਂ ਬੋਲਦਾ ਗੋਪੀ, ਬਾਈ ਬਣ ਕੇ ਨੰਬਰ ਗੱਲ ਕਰਾਈ ਮਾਸੀ ਦਾ ਮੁੰਡਾ ਉਹਦੀ ਦਾ। ਹਾਂ ਗੱਲ ਰਾਜ ਵੀ ਕਰਾਈ ਬਾਈ ਬਣ ਕੇ, ਮੈਂ ਕਰਨੀ ਉਹਦੇ ਨਾਲ। ਹਾਂ ਉਹ ਬਾਈ ਉਹਨੇ ਮੇਰਾ ਚੱਕਣਾ ਹੀ ਨਹੀਂ, ਉਹਨੂੰ ਪਤਾ ਵੀ ਬਹੁਤ ਗਲਤ ਹੋ ਗਿਆ ਕੰਮ, ਉਹਨੇ ਮੇਰਾ ਕਿੱਥੇ ਚੱਕਣਾ ਬਾਈ ਬਣ ਕੇ, ਤੂੰ ਕਰਾ ਦੀ ਯਾਰ ਭਰਾ ਬਣ ਕੇ ਵੱਡਾ। ਉਹ ਯਾਰ ਜੇ ਮਾਲੀ ਗੱਲ ਸੁਣ, ਮਾਸੀ ਦਾ ਬੇਟਾ ਜੇ ਉਹ ਚੰਗਾ ਹੁੰਦਾ ਉਹਨੇ ਖੜਨਾ ਹੀ ਨਹੀਂ ਸੀ, ਉਹਨੇ ਤਾਂ ਹੁਣ ਝਗੜਾ ਫੁਣਾ ਕੀਤਾ ਮੇਰੇ ਨਾਲ, ਕਰਨਾ ਨਹੀਂ ਤੂੰ ਸੁਨੇਹਾ ਤਾਂ ਦੇ ਦੀ ਮੇਰਾ। ਹਾਂ ਵੀ ਮੈਂ ਸਾਰਾ ਡਰੈਸ ਲਿਖਾਉਣਾ ਬਾਘੇ ਦਾ, ਠਾਣਾ ਪੈਂਦਾ ਮੈਨੂੰ, ਉਹਨੂੰ ਕਹਿ ਵੀ ਤੁਹਾਡੀ ਸਰਕਾਰ ਆ, ਜੇ ਕੁਛ ਕਰਨਾ ਹੋਇਆ ਤਾਂ ਦਰਖਾਸਤ ਦੇ ਦੇਵੇ। ਮੈਂ ਗੱਲ ਸਿੱਧੀ ਲੈ ਕੇ ਜਾ ਰਿਹਾ ਵੀ ਬਾਈ ਗਲਤ ਖੜਾ, ਅਸੀਂ ਉਹਦੇ ਨਾਲ ਫਿਲਮਾਂ ਚਲਾਈਆਂ, ਅਸੀਂ ਉਹਦਾ ਸਾਰਾ ਕੁਝ ਕੀਤਾ, ਅਸੀਂ ਵਿਰੋਧ ਕਰ ਰਹੇ, ਤੂੰ ਬਾਅਦ ਯਾਰ ਦੱਸ ਸਿੱਖ ਕੌਮ ਦੇ ਬਰਾਬਰ ਖੜ ਗਿਆ ਜਿਹੜੇ ਬੰਦੇ ਨੇ ਇੰਦਰਾ ਗਾਂਧੀ ਡਾਤੀ, ਚਲ ਉਹਦੇ ਚੱਕ ਕੇ ਬਰਾਬਰ ਖੜ ਗਿਆ ਯਾਰ, ਬੰਦਾ ਤਿੰਨਾਂ 'ਚ ਨਹੀਂ ਤੇਰਾ ਨਹੀਂ ਮੇਰੇ ਜਿੱਡਾ ਕੱਦਦਾ ਯਾਰ, ਉਹ ਸਿੱਖ ਕੌਮ 'ਚ ਵੱਡਾ ਚਿਹਰਾ ਯਾਰ, ਕਿਹੜੀਆਂ ਗੱਲਾਂ ਕਰਦਾ ਸੀ ਇਹ ਯਾਰ ਦੱਸ, ਇਹਨੂੰ ਪਿੱਟ ਪਿੱਟ ਮਾਰ ਕੇ ਮੈਂ ਠੀਕ ਠੀਕ ਨਹੀਂ ਕਹਿਣਾ ਗਾ ਕੱਟੀ ਕਾਹਦਾ ਯਾਰ। ਤੇ ਕਰਮਜੀਤ ਅਨਮੋਲ ਨਾਲ ਗੱਲ ਹੋ ਸਕਦੀ ਹੈ ਜੀ? ਮੀਟਿੰਗ ਕਾਹਦੀ ਕਰਨੀ ਹੈ ਸਰ? ਕੁੰਡੀ ਤਾਂ ਹੋ ਗਈ, ਉਹਨਾਂ ਨੇ ਮੀਟਿੰਗ ਕਾਹਦੀ ਕਰਨੀ ਹੈ ਮੀਟਿੰਗ ਦਾ? ਬੰਦੇ ਪਤਾ ਕੀ ਸਰ, ਮੇਰੀ ਇੱਕ ਗੱਲ ਸੁਣ, ਮੂਹਰੇ ਸਿੱਖ ਕੌਮ ਦਾ ਪੁੱਤ ਸੀਗਾ, ਠੀਕ ਆ, ਇਹ ਤਾਂ ਭਗਵੰਤ ਮਾਨ ਦੇ ਚੱਕੇ ਚਕਾਏ ਤੋਂ ਖੜ ਗਿਆ, ਠੀਕ ਆ ਨਾ। ਸਿੱਖ ਕੌਮ ਕਾਹਦੀ ਮੀਟਿੰਗ ਆ? ਮੀਟਿੰਗ ਦਾ ਤਾਂ ਕਰਨ ਵੀ ਜੇ ਕੁਝ ਲੈ ਕੇ ਗਏ ਹੁਣ ਉਹਨਾਂ ਸਰ ਬਾਈ ਬਣ ਕੇ ਨਾ, ਅਸੀਂ ਬਾਘੇ ਪੁਰਾਣੇ ਹਲਕੇ ਤੋਂ ਕੋਟਲਾ ਰਹਿ ਕੇ ਪਿੰਡ ਆ ਮੇਰਾ, ਗੋਪੀ ਮੇਰਾ ਨਾਂ, ਬਾਈ ਬਣ ਕੇ ਗੱਲ ਕਰਾਏਗਾ ਮੇਰੀ, ਮੈਂ ਉਹਦੀ ਮਾਸੀ ਦਾ ਮੁੰਡਾ ਹੀ ਬੋਲਦਾ। ਹਾਂ ਹਾਂ ਬਾਈ ਬਣ ਕੇ ਕਰਾਈ, ਵੀ ਬਾਈ ਬਣ ਕੇ ਨਾ ਵੀ ਗਾਂਹ ਨੂੰ ਜ਼ਿੰਦਗੀ ਚ ਕਿਸੇ ਦੇ ਚੱਕੇ ਚਕਾਏ ਤੇ ਪੰਗਾ ਨਾ ਲਵੇ, ਇਹੋ ਜਿਹਾ ਜਿਹੜੇ ਅੱਜ ਲੈ ਲਿਆ ਉਹਨੇ। ਹਾਂ ਮਾਸੀ ਦੇ ਬੇਟੇ, ਉਹਨੂੰ ਕਹਿ ਗੋਪੀ ਕੋਟਲੇ ਵਾਲਾ ਬੋਲਦਾ, ਮੈਂ ਉਹਦੀ ਫੋਟੋ ਘੱਲ ਦੇਣਾ ਤੈਨੂੰ ਆਖੇ ਤਾਂ, ਇਸੇ ਨੰਬਰ ਤੇ ਕੱਲਾ
ਪਤਾ ਕਿ ਬੰਦ ਕਰੀ ਬੈਠੇ ਬਈ ਯਾਰ, ਲੋਕ ਲਹੂ ਬਹੁਤ ਪੀਂਦੇ ਉਹਨਾਂ ਦਾ। ਹਾਂ ਉਹਨੂੰ ਮੈਂ ਉਹਨੂੰ ਕਿਹਾ ਵੀ ਸੀ, ਉਹਨੂੰ ਕਿਹਾ ਗੋਪੀ ਦਾ ਪਹਿਲਾਂ ਫੋਨ ਆਇਆ ਸੀ ਤੈਨੂੰ ਪੁੱਛ ਲਈ, ਮੈਂ ਉਹਨੂੰ ਕਿਹਾ ਸੀ ਵੀ ਬਾਈ ਬਣ ਕੇ ਨਾ ਵੀ ਤੈਨੂੰ ਭਗਵੰਤ ਮਾਨ ਨੇ ਆਪ ਤਾਂ ਮਰਨਾ ਮਰਨਾ ਤੈਨੂੰ ਵੀ ਮਰਾਊਗਾ। ਵੀ ਪਤਾ ਕੀ ਆ, ਮੈਂ ਝਾੜੂ ਨੂੰ ਖੁਦ ਵੋਟ ਪਾਈ ਆ ਬਾਈ 2022 'ਚ, ਅਤੇ ਮੈਂ ਪੱਕਾ ਕਾਂਗਰਸੀ ਸਾਰੀ ਉਮਰ ਦਾ, ਮੈਂ 2022 'ਚ ਪਾਈ ਸੀ। ਮੈਂ ਕਿਹਾ ਵੀ ਬੇਵਸੀ ਪਾਰਟੀਆਂ ਤੋਂ ਅੱਕੇ ਵੀ ਆ ਲੋਕ, ਅਤੇ ਇਹਨੇ ਝਾੜੂ ਨੇ ਵੀ ਚਗਲ ਪੁਣਾ ਕੀਤਾ। ਮੈਂ ਕਿਹਾ ਵੀ ਲੋਕ ਥੋਥੋਂ ਵੀ ਅੱਕ ਗਏ ਵੀ ਹੁਣ ਕੋਈ ਹੱਲ ਨਹੀਂ ਵੀ ਬਾਈ ਬਣ ਕੇ ਨਾ ਖੜ ਨਾ ਖੜ। ਅਤੇ ਸਿੱਖ ਕੌਮ ਬਾਈ ਯਾਰ, ਜਿਹਨੇ ਆਪਣੀ ਤੂੰ ਵੀ ਸਿੱਖ ਹੋਏਗਾ, ਸਿੱਖਾਂ ਦਾ ਮੁੰਡਾ ਹੋਏਗਾ ਸੁਣੀ ਚੱਲੀ ਬਾਈ। ਇੰਦਰਾ ਗਾਂਧੀ ਨੇ ਆਪਣੇ ਦਰਬਾਰ ਸਾਹਿਬ 'ਤੇ ਅਟੈਕ ਕਰਾਇਆ, ਉਹਦਾ ਮੁੰਡਾ ਖੜਾ ਹੋਵੇ ਇੱਕ ਪਾਸੇ, ਉਹ ਖੜਾ ਹੋਵੇ ਜਿਹਨੇ ਨੇ ਸਲਵਾਰਾਂ ਪਾਈਆਂ ਹੋਣ, ਯਾਰ ਕਿਵੇਂ ਲੋਕ ਜਿਤਾ ਦੇਣਗੇ? ਇੰਨੀ ਕੌਮ ਥੋੜ੍ਹੇ ਮਰੀ ਆ ਜਿੰਨੀ ਉਹ ਸਮਝਦਾ ਸੀ। ਬਾਈ ਬਣ ਕੇ ਗੱਲ ਕਰਾਈ ਵੀ ਕੋਟਲੇ ਰਹਿ ਕੇ ਤੋਂ ਵਾਹਗਾ ਪੁਰਾਣਾ ਹਲਕੇ ਤੋਂ ਕੋਟਲੇ ਰਹਿ ਕੇ ਤੋਂ ਬੋਲਦਾ ਗੋਪੀ, ਬਾਈ ਬਣ ਕੇ ਨੰਬਰ ਗੱਲ ਕਰਾਈ, ਮਾਸੀ ਦਾ ਮੁੰਡਾ ਉਹਦੀ ਦਾ। ਹਾਂ ਗੱਲ ਰਾਜ ਵੀ ਕਰਾਈ ਬਾਈ ਬਣ ਕੇ, ਮੈਂ ਕਰਨੀ ਆ ਉਹਦੇ ਨਾਲ। ਹਾਂ ਉਹ ਬਾਈ ਉਹਨੇ ਮੇਰਾ ਚੱਕਣਾ ਹੀ ਨਹੀਂ, ਉਹਨੂੰ ਪਤਾ ਵੀ ਬਹੁਤ ਗਲਤ ਹੋ ਗਿਆ ਕੰਮ, ਉਹਨੇ ਮੇਰਾ ਕਿੱਥੇ ਚੱਕਣਾ? ਬਾਈ ਬਣ ਕੇ ਤੂੰ ਕਰਾ ਦੀ ਯਾਰ ਭਰਾ ਬਣ ਕੇ ਵੱਡਾ। ਉਹ ਯਾਰ ਜੇ ਮਾਰੇ ਗੱਲ ਸੁਣ, ਮਾਸੀ ਦਾ ਬੇਟਾ ਜੇ ਉਹ ਚੰਗਾ ਹੁੰਦਾ ਉਹਨੇ ਖੜਨਾ ਹੀ ਨਹੀਂ ਸੀ, ਉਹਨੇ ਤਾਂ ਹੁਣ ਝਗੜਾ ਫੁਨਾ ਕੀਤਾ ਮੇਰੇ ਨਾਲ ਕਰਨਾ ਨਹੀਂ। ਤੂੰ ਸੁਨੇਹਾ ਤਾਂ ਦੇ ਦੀ ਮੇਰਾ, ਹਾਂ ਵੀ ਮੈਂ ਸਾਰਾ ਡਰੈਸ ਲਿਖਾਉਣਾ ਵਾਗੇ ਦਾ ਠਾਣਾ ਪੈਂਦਾ ਮੈਨੂੰ। ਉਹਨੂੰ ਕਿਹਾ ਵੀ ਤੁਹਾਡੀ ਸਰਕਾਰ ਆ, ਜੇ ਕੁਛ ਕਰਨਾ ਹੋਇਆ ਤਾਂ ਦਰਖਾਸਤ ਦੇ ਦੇਵੇ। ਮੈਂ ਗੱਲ ਸਿੱਧੀ ਲੈ ਕੇ ਜਾ ਰਿਹਾ ਵੀ ਬਾਈ ਗਲਤ ਖੜਾ, ਅਸੀਂ ਉਹਦੇ ਨਾਲ ਫਿਲਮਾਂ ਚਲਾਈਆਂ, ਅਸੀਂ ਉਹਦਾ ਸਾਰਾ ਕੁਝ ਕੀਤਾ, ਅਸੀਂ ਵਿਰੋਧ ਕਰ ਰਹੇ। ਤੂੰ ਬਾਅਦ ਯਾਰ ਦੱਸ, ਸਿੱਖ ਕੌਮ ਦੇ ਬਰਾਬਰ ਖੜ ਗਿਆ ਜਿਹੜੇ ਬੰਦੇ ਨੇ ਇੰਦਰਾ ਗਾਂਧੀ ਡਾਤੀ, ਚਲ ਉਹਦੇ ਚੱਕ ਕੇ ਬਰਾਬਰ ਖੜ ਗਿਆ ਯਾਰ ਬੰਦਾ? ਤਿੰਨਾਂ 'ਚ ਨਹੀਂ ਤੇਰਾ ਨਹੀਂ ਮੇਰੇ ਜਿੱਡਾ ਕੱਦਦਾ ਯਾਰ, ਉਹ ਸਿੱਖ ਕੌਮ 'ਚ ਵੱਡਾ ਚਿਹਰਾ ਯਾਰ, ਕਿਹੜੀਆਂ ਗੱਲਾਂ ਕਰਦਾ ਸੀ ਇਹ ਯਾਰ ਦੱਸ, ਇਹਨੂੰ ਪਿੱਟ ਪਿੱਟ ਮਾਰ ਕੇ ਮੈਂ ਇਹਨੂੰ ਠੀਕ ਠੀਕ ਉਹ ਨਹੀਂ ਕਹਿਣਾ ਗਾ ਕੱਟੀ ਕਾ ਯਾਰ।